الرحمن الرحیم مالک یوم الدین ایاک نعبد و ایاک نستعین اهدنا الصراط المستقیم صراط الذین انعمت علیہم غیر المغضوب علیہم ولا الضالین اللهم صل علی محمد و آل محمد وعجل فرجهم باواز بلند صلوات. صلوات پڑھو سائیں دی ذات تے باواز بلند. اللهم درود پڑھنا بڑی اہم عبادت ہے, سارے مل کے صلوات پڑھو. اللهم نعرہ تکبیر تسبیح زہرا دی ابتداء اللہ اکبر تو ہوندی ہے باواز بلند کو. نعرہ تکبیر نعرہ رسالت نعرہ رسالت نعرہ حیدری ود نعرہ حیدری باواز بلند صلوات پڑھو. اللہم امیر المومنین دی پاک فوج دی صحت و سلامتی دی خاطر درود دی تلاوت فرماؤ. اللہم صلی اللہ. جتنا جتنا ذہن وچ مقام حسین بلند ہے اتنی بلند صلوات پڑھو. اللہ جدو تک سپیکر میری آواز پہ پہنچاندا ہے, جتنے بندیاں تک میری آواز پہ پہنچدی ہے, جتنے کن میری آواز پہ سنن, اگر نہ دل نال محمد رسول اللہ پڑھے, اگر نہ دل نال محمد مصطفیٰ نو منے, تو انہاں بندیاں تے واجب نہیں بلکہ انہاں بندیاں تے واجب ہے. اس مقام مقدس تے پرسے دی مالک سین اکبر دی ڈاڈی دی آمد اکھیں بند کر کے صلوات پڑھو. اللہ اعوذ باللہ سمیع العلیم من الشیطان اللعین الرجیم بسم اللہ الرحمن الرحیم. الحمد للہ الذی جعل شہادۃ حسین علیہ السلام وسیلہ تو جاؤں دے المذنبین السلام و سلام علی سید الانبیاء والمرسلین صلوات ادب یا شاگرد عباس دا سانگ تے چائے کیا کیا ہے شاگرد عباس دا بولو سانگ تے چائے تے ہن سڈ جرنیل بھرائے پہلے اکبر مارے ہس ہس کے ہو گیا غازی درد پچائے تے تیری نسل مکانی ہے کر بلوے تے ساڈے حاکم دی منشائے تینو چھتری شارے ج پتھر مرے سوں بھر جائیاں دے ہمرا. سونا استقبال کیتا وے, اللہ مولا تیری زندگی دراز فرماوے. فقط رون علی اکھ نال مسیح دفا پارے جڑے رون واسطے آئے, دو بھائی وال وطن تو ٹورے, ایک بہنے ایک بھرا آئے. بھرا دا نام حسین ہے, بہن دا نام زینب ہے.
ਇੱਕ ਭਾਈਵਾਲ ਅਤੇ ਉਹਦੀ ਔਲਾਦ ਦਾ ਤਜ਼ਕਰਾ ਸਾਰਾ ਸਾਲ ਮੈਂਬਰਾਂ ਦੇ ਕੀਤਾ ਜਾਂਦਾ। ਦੂਜੀ ਭਾਈਵਾਲ ਬਹਿਣ ਇਤਨੀ ਗਰੀਬ ਹੈ ਜਿਹਦੀ ਜੋੜੀ ਦਾ ਤਜ਼ਕਰਾ ਕੋਈ ਨਹੀਂ ਕਰਦਾ। ਵਿਰਾਦ ਗੱਲ ਚੁੰਮ ਕੇ ਖੜੀ ਆਦੀ ਹੁਸੈਨ, ਬਹਿਣ ਵੱਧ ਪਈ ਕਰਦੀ ਹੈ, ਤੇਰੀ ਨਸਲ ਤੱਕ ਅਹਿਮਦ ਚਲਦੀ ਰਾਸੀ, ਤੇਰੀ ਨਸਲ 'ਚ ਕੋਈ ਬੁਖਾਰੀ ਸਰਵੈਸੀ, ਕੋਈ ਨਕਵੀ ਸਰਵੈਸੀ, ਕੋਈ ਤਰਵਿਮਜ਼ੀ ਸਰਵੈਸੀ। ਹੁਸੈਨ ਮੇਰੇ ਵਾਲੇ ਪਾਸੇ ਵੇਖ, ਮੈਨੂੰ ਮਾਂ ਛੱਡਣ ਵਾਲਾ ਕੋਈ ਨਾ ਉਸ। ਅਲਹਮਦੁਲਿਲਾ ਬਾਬਾ, ਸੋਹਣੀ ਹਾਈ ਕੀਤੀ ਵੇ, ਸੋਹਣੀ ਹਾਈ ਕੀਤੀ ਵੇ, ਅਲਹਮਦੁਲਿਲਾ ਬਾਬਾ। ਅੱਜ ਵੀ ਕਿਸੇ ਕੋਲੋਂ ਪੁੱਛਣਾ ਤਾਂ ਲੋਕ ਆਦਨ, ਅਸਾਂ ਬੁਖਾਰੀ ਸੈਦ ਹੈ, ਅਸਾਂ ਗਰਦੇਜ਼ੀ ਸੈਦ ਹੈ, ਅਸਾਂ ਨਕਵੀ ਸੈਦ ਹੈ, ਅਸਾਂ ਕਾਜ਼ਮੀ ਸੈਦ ਹੈ। ਜਵਾਦੀ ਜੀ, ਅੱਜ ਤੱਕ ਮੈਂ ਨਹੀਂ ਡਿੱਠਾ ਜੋ ਕਹੇ ਆਖਿਆ ਹੋਵੇ ਮੈਂ ਹੀ ਜ਼ੈਨ ਵੀ ਹਾਂ। ਅਲਹਮਦੁਲਿਲਾ ਬਾਬਾ, ਜਿਹੜਾ ਬਹਿਣ ਅਤੇ ਬਿਰਾ ਵਤਨ ਤੋਂ ਟੁਰਨ ਲੱਗੇ, 14 ਮਿੰਟ ਦੀ ਮੈਂ ਪੜ੍ਹਨੀ ਹੈ ਮਜਲਿਸ। ਬਹਿਣ ਦਾ ਕਦਮ ਆਇਆ ਹਵੇਲੀ ਤੋਂ ਬਾਹਰ, ਬਿਰਾ ਅੱਗਾਂ 'ਤੇ ਵਧਿਆ, ਕਰੀ ਮੈਂ ਕਰਬਲਾ ਸਵਾਰ ਮਹਿਮਲ 'ਤੇ ਮੈਂ ਕਰਾਂ, ਕਦਮ ਰੁਕੇ ਤੇ ਅੱਖ ਵਸ ਪਈ, ਹੁਸੈਨ ਤੋਂ ਹਟ ਵਾਂ ਇਸ ਸਵਾਰ 'ਤੇ ਨਹੀਂ ਕਰਨਾ, ਅਬਾਸ ਅੱਗਾਂ 'ਤੇ ਵੱਧਦਾ ਸਵਾਰ ਮੈਂ ਕਰਾਂ, ਗਾਜ਼ੀ ਤਾਈਂ ਸਵਾਰ ਨਹੀਂ ਕਰਨਾ, ਜਿਹਨੂੰ ਬੁਰਕਿਆਂ 'ਚ ਵਧੀ ਪੱਲੇਂਦੀ ਆਈ, ਅਕਬਰ ਅੱਗਾਂ 'ਤੇ ਵੱਧਾ ਸਵਾਰ ਮੈਂ ਕਰਾਂ, ਅਕਬਰ ਅੱਜ ਤਾਈਂ ਸਵਾਰ ਨਹੀਂ ਕਰਨਾ। ਹੁਸੈਨ ਪੁੱਛਿਆ ਹਰ ਨੂੰ ਜੋ ਮੰਨਾ ਕਰੇ ਨਹੀਂ ਹੈ, ਵਾ ਤੈਨੂੰ ਮਹਿਮਲ 'ਤੇ ਸਵਾਰ ਕੌਣ ਕਰੇ ਸੀ। ਆਲੀਆ ਦੀ ਆਵਾਜ਼ ਪਈ ਆਉਂਦੀ, ਇੱਥੇ ਮਹਿਮਲ 'ਤੇ ਉਹ ਚੜਾਵੇ ਜਿਹੜਾ ਸ਼ਾਮ ਮੰਜ ਲਹਾਵੇ। ਅਲਹਮਦੁਲਿਲਾ ਬਾਬਾ, ਅਲਹਮਦੁਲਿਲਾ ਬਾਬਾ, ਬੜੀ ਮਨਜ਼ੂਰ ਮਜਲਿਸ ਹੈ। ਇੱਥੇ ਉਹ ਮਹਿਮਲ 'ਤੇ ਸਵਾਰ ਕਰੇ ਜਿਹੜਾ ਸ਼ਾਮ ਮੰਜ ਲਹਾਵੇ, ਸਜਾ ਅਤੇ ਬਾਕੀ ਰੱਗਣ 'ਤੇ ਵਧੇ ਸਾਡੀ ਆਪਣੀ ਕਿਸਮਤ। ਇੱਕ ਪਾਸੇ ਦੋ ਕੰਮ ਸਨ ਸ਼ਹਿਜ਼ਾਦੇ, ਵੱਡੇ ਦਾ ਨਾਂ ਉਹਨੇ, ਛੋਟੇ ਦਾ ਨਾਂ ਮੁਹੰਮਦ ਹੈ। ਛੋਟੇ ਬਿਰਾ ਮੁਹੰਮਦ ਨੇ ਨਾ ਰੋਣੀ ਤਾਂ ਮੈਰੋ ਦੇਖੀ, ਇਹ ਵੱਡੇ ਬਿਰਾ ਹੁਣ ਦਾ ਇਹ ਇੰਨ ਬਾਜ਼ੂ ਹਿਲਾਏ, ਆਉਣ ਬਿਰਾ ਇਹ ਅੰਮਾ ਉਸ ਸ਼ਾਮ ਦੀ ਗੱਲ ਨਹੀਂ ਕੀਤੀ, ਅੱਜ ਤੀਸਰਾ ਦਿਨ ਨੇ ਸਾਡਾ ਬਾਬਾ ਬਿਸਤਰੇ ਬਿਮਾਰੀ ਤੋਂ ਸੁੱਤਾ ਹੋਇਆ, ਔਖਾ ਬਿਸਤਰ ਤੂੰ ਸਰ ਚਾ ਕੇ ਆਦਾ, ਬਾਕੀ ਤਾਂ ਨਿਭਵੇ ਸੀ ਇਨਸ਼ਾਅੱਲਾ ਸ਼ਾਮ ਨਾ ਮੈਨੇ। ਅੱਛਾ ਹੈ ਉਹਨੂੰ ਬਿਰਾ, ਜਿਹੜਾ ਕੰਮ ਇਮਾਮਤ ਦੇ ਸਾਹਮਣੇ ਹੋਵੇ, ਅਗਰ ਇਮਾਮ ਮਨਾ ਨਾ ਕਰਨ, ਤਰਦੀਦ ਨਾ ਕਰਨ, ਤਾਂ ਇਮਾਮਤ ਦੀ ਹੁੰਦੀ ਹੈ ਤਸਦੀਕ। ਅੰਮਾ ਸ਼ਾਮ ਦਾ ਤਜ਼ਕਰਾ ਕੀਤਾ, ਮਾਮਾ ਹੁਸੈਨ ਰੁਨਾ ਸਰ ਝੁਕਾਇਸ, ਤਰਦੀਦ ਨਿਸ ਕੀਤੀ, ਹੇ ਤਸਦੀਕ ਜੇ ਵਾਕਈ ਅੰਮਾ ਸ਼ਾਮ ਮੰਨਣਾ ਹੈ ਤਾਂ ਇਹ ਯਕੀਨ ਹੈ, ਨਾ ਮਾਮਾ ਗਾਜ਼ੀ ਹੋ ਸੀ, ਨਾ ਮਾਮਾ ਹੁਸੈਨ ਹੋ ਸੀ, ਰੋਂਦਾ ਤਾਂ ਖਣੇ ਜੋ ਕੱਲੀ ਬਿਰਾ ਮਰਾ ਕੇ ਵੈਸੀ ਅਮੜੀ ਦਰੁਲ ਵੈਸ। ਅਲਹਮਦੁਲਿਲਾ ਬਾਬਾ, ਅਲਹਮਦੁਲਿਲਾ ਬਾਬਾ, ਅਲਹਮਦੁਲਿਲਾ ਬਾਬਾ, ਮੈਂ ਨੌਕਰ ਹਾਂ ਬਾਬਾ, ਮੈਂ ਤਾਬੇਦਾਰ ਹਾਂ, ਸਾਡੀ ਅਮੜੀ ਦਰੁਲ ਵੈਸੀ ਫੱਜ ਪਈ ਜ਼ੈਨਬ ਦੀ ਜੋੜੀ ਉਸ ਜਾ 'ਤੇ ਆਈ ਜਿੱਥੇ ਜਨਾਬ ਹਜ਼ਰਤ ਅਬਦੁੱਲਾ ਬਿਸਤਰੇ ਬਿਮਾਰੀ 'ਤੇ ਸੁੱਤੇ ਹੋਏ ਹਨ। ਬਾਬਾ 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 ਅਕਬਾਲ ਨਾਲ ਲੁੱਟ ਪੈ ਗਈਏ। ਹਜ਼ਰਤ ਅਬਦੁੱਲਾ ਨੇ ਅੱਖ ਖੋਲੀ, ਸ਼ਹਿਜ਼ਾਦੇ ਖੈਰ ਤਾਂ ਹੈ ਬਾਬਾ? ਬਾਬਾ ਜਿਹੜਾ ਸ਼ਾਮ ਦਾ ਨਾਂ ਚਾਹ ਕੇ, ਬਾਬਾ ਤੂੰ ਬਹੁ ਰੋਣਾ ਨਾ, ਅਮਨ ਉਸ ਸ਼ਾਮ ਦਾ ਤਜ਼ਕਰਾ ਕੀਤਾ, ਬਾਬਾ ਤੇਰੀ ਇੱਜ਼ਤ ਦੀ ਕਸਮ ਮਾਮੇ ਹੁਸੈਨ ਤਰਦੀਦ ਨਹੀਂ ਕੀਤੀ, ਬਾਬਾ ਰੋਂਦੇ ਤਾਂ ਵਧੇ ਹੈ, ਬਾਬਾ ਜੇ ਅਮੜੀ ਵੰਜਣਾ ਸ਼ਾਮ ਸਾਡੀ ਅਮੜੀ ਤਾਂ ਰੁਲ ਵੇ ਸੀ। ਮੇਰਾ ਲਾਲ ਆਖਣਾ ਕਿਆ ਚਾਹੁੰਦੇ ਹੋ? ਜਿਹੜਾ ਬੰਦਾ ਆਖਦੇ ਮੈਂ ਮਜਲਿਸੇ ਹੁਸੈਨ 'ਚ ਵਹਿਣਾ ਤਾਂ ਮੈਨੂੰ ਰੋਵਣ ਨਹੀਂ ਆਉਂਦਾ, ਸਰ ਜਾ ਕੇ ਮੈਂ ਸੈਯਦ ਵਾਲੇ ਪਾਸੇ ਵੇਖ, ਅੱਖ ਜਾਣੇ ਤਾਂ ਲੁੱਟੀਆਂ ਸਹੀ ਆਜ਼ਾਦੀਆਂ ਜਾਣੇ, ਸ਼ਹਿਜ਼ਾਦੇ ਰੋ ਰੋ ਕੇ ਪੈ ਦੇਣ, ਹੈ ਬਾਬਾ ਭਾਈਵਾਲ ਹੀ ਆਉਂਦੀ ਹੈ ਬਰਾਬਰੀ 'ਤੇ, ਸਾਡੀ ਅੰਬੜੀ ਸਾਡੇ ਮਾਮੇ ਦੀ ਪਈ ਵਹਿੰਦੀ ਹੈ ਭਾਈਵਾਲ ਬਣ ਕੇ, ਬਾਬਾ ਤੇ ਭਾਈਵਾਲ ਹੀ ਬਰਾਬਰੀ 'ਤੇ, ਬਾਬਾ ਕੀ ਹੋ ਜਾਈ ਭਾਈਵਾਲ ਹੀ ਹੈ, ਮਾਮੇ ਨਾਲ ਉਹਦੀਆਂ ਧੀਆਂ ਹੀ ਹਨ, ਉਹਦੇ ਪੁੱਤਰ ਹੀ ਹਨ, ਸਾਡੀ ਅੰਬੜੀ ਐਡੀ ਗਰੀਬ ਹੈ, ਨਾ ਧੀ ਨਾਲ ਪਈ ਵਹਿੰਦੀ ਹੈ ਨਾ ਪੁੱਤ। ਅਲਹਮਦੁਲਿਲਾ ਬਾਬਾ, ਅਲਹਮਦੁਲਿਲਾ ਬਾਬਾ, ਅਲਹਮਦੁਲਿਲਾ ਬਾਬਾ, ਸਾਡੀ ਅੰਬੜੀ ਐਡੀ ਗਰੀਬ ਹੈ, ਨਾ ਧੀ ਨਾਲ ਪਈ ਵਹਿੰਦੀ ਹੈ, ਨਾ ਪੁੱਤਰ ਨਾਲ ਪਈ ਵਹਿੰਦਾ। ਹਜ਼ਰਤ ਅਬਦੁੱਲਾ ਦੀ ਆਵਾਜ਼ ਪਈ ਆਉਂਦੀ, ਮਰਹਬਾ ਮੇਰੇ ਨੇਕ ਸ਼ਹਿਜ਼ਾਦੇ, ਮੈਨੂੰ ਸਹਾਰਾ ਦਿਓ, ਮੈਂ ਤੁਰ ਨਹੀਂ ਸਕਦਾ, ਪੁੱਤਰਾ ਸਹਾਰਾ ਦਿੱਤਾ, ਬਿਸਤਰ ਤੂੰ ਖੜ੍ਹੇ ਹੋਏ, ਚਲੋ ਮੇਰੇ ਨਾਲ, ਮੈਂ ਬਹਿਣ ਅਤੇ ਬਿਰਾ ਨੂੰ ਤੁਹਾਡੀ ਸਿਫਾਰਿਸ਼ ਕਰੇ ਨਾ, ਇਹ ਜੰਗ ਦੀ ਧਰਤੀ ਅਦਬ ਸੁਣਨ ਦੇ ਆਦਿ ਲੋਗੋ, ਸਰ ਜਾ ਕੇ ਮੇਰੇ ਵਾਲੇ ਪਾਸੇ ਵੇਖ, ਹਕਲ ਮਾਰੀ ਨੇ ਆਲੀ ਅਦੀਆਂ ਧੀਆਂ, ਜੀ ਬਾਬਾ ਮੇਰੇ ਕਰੀਬ ਆਓ, ਇਹ ਖੱਬੇ ਹੱਥ ਲੈ ਧੀਆਂ, ਸੱਜੀ ਹੱਥ ਲੈ ਪੁੱਤਰ, ਜਿਹੜਾ ਬੰਦਾ ਹੁਣ ਤੱਕ ਨਹੀਂ ਰੋ ਸਕਾ। ਧੀਆਂ ਸਵਾਲ ਕੀਤਾ, ਬਾਬਾ ਕਿੰਨ ਪਵੇਨੇ ਹੈ? ਬੁਲੇਂਦੀਆਂ ਧੀਆਂ ਦਾ ਮੱਥਾ ਚੁੰਮਿਆ ਜਨਾਬ ਅਬਦੁੱਲਾ, ਅਤੇ ਠੱਡਾ ਸਾਹਿਬ ਭਰ ਗਿਆ, ਦਿਨ ਜਿੰਨਾ ਸ਼ਰੀਫ ਸਵਾਲੀਆਂ ਨੂੰ ਸ਼ਰੀਫਾਂ ਨਾਲ ਕੰਮ ਹੋਵੇ, ਸ਼ਰੀਫ ਸ਼ਰੀਫਾਂ ਦੇ ਬੂਹੇ 'ਤੇ ਧੀਆਂ ਮੇਲਾ ਲੈ ਕੇ ਵਹਿੰਦੇ ਰਹਿੰਦੇ, ਮੇਰੇ ਨਾਲ ਆਓ, ਤੁਹਾਡੇ ਬਿਰਾਵਾਂ ਦੀ ਸਿਫਾਰਿਸ਼ ਕਰਾਂ। ਇਹ ਧੀਆਂ ਪੁੱਤਰ ਨਾਲ ਰਲਾ ਕੇ ਵਿਹੜਾ ਤਾਂ ਇੱਕੋ ਆਈ, ਇਹ ਦਰਵਾਜ਼ੇ ਡੇਢੀ ਅਬੂਰ ਪੇ ਕਰਦੇ ਹਨ, ਜੋ ਹੁਸੈਨ ਨੇ ਹਕਲ ਮਾਰੀ, ਅਬਾਸ
اٹھ اٹھا میری زینب تھک گئی ہو سی اے ایڈو آلیہ دا محمل کھڑا ہویا ایڈو جناب عبداللہ دھیاں دے پتر رلا کے بہن نکلے میرا بابا پڑھ دوں دا یالی حسین دی کیڑی حالت اکھاں وس پئیاں کہیں ویلے بھرا دو وے دیے وت وارث تو وے دیے ڈھا مار گیا دیا غازی اٹھ بہا میرا وارث ودا رون دائی عباس اٹھ بہایا آلیہ محمل تو لتی ہیں چاچے جایا میرے نال کوئی کم آئیا اون چ بھیجیا محمد چ بھیجیا تو پہلے بیمار ہیں بستر بیماری کیوں تو کیوں اٹھے ہیں تو پہلے بیمار ہیں ٹر نہ وے سکدا کیوں اوکھا ہو کے ٹرتا ہیں آلیہ سوال کرن واسطے توڑ تہاڈے کول آیا میں خالی نہ ولاویں چاچا جایا تو حکم کر منگنیو کو جایا تو سب میں دیو پاک سفر کیا میرے آن تے محمد جہ کوئی نہیں رونی تو میرے دیکھیں آلیہ دی آواز پیاں دی چاچا جایا لما ناک تو عرب دا وڈا رئیس اے جعفر تیار دے پوترے اسا بہن تے بھراواں دے گرمی دا موسم سہراواں دے سفر اللہ جان دے نے عبداللہ دی آواز پیاں دی لے نوائیں تیری مرضی بہانے نہ بنا جیڑی نفیس ان تیرے اکبر تو ود نہیں الحمدللہ بابا الحمدللہ بابا الحمدللہ بابا حق بھی نہیں بندا جی میں سارے پر ہوندے ہو جیڑی نفیس تے امیر ہیں تیرے اکبر تو ود نہیں جناب حضرت عبداللہ نے کلام رخ تبدیل کیتا پہلے گل کیتی آئی سوالی بن کے ہن جعفر تیار دا پتر بن کے حیدر قرار دی اولاد نال گل کرنا چاہنا اسے بندے دی اکھ وضو کرے سی جیندی دید تے دماغ میں سید علیہ پاسے تو سب میں دے اللہ دا دین بچامن کیا اس پاک مشن دے اندر جعفر تیار دے ویڑے دا حصہ نہیں میرا بابا پڑھ دوں دا ای بھین بھرا دو ریٹھا بھرا آسمان دو ریٹھا ود بھین دا سر چمکے آدھے جڑی عرش تو فرشتا یہ نا تا لکھو ہے بس اجازت ملن دی دیرہ یا آلیہ نے بہن ودھائیاں پودر آلیہ دے گلج بہن اما اتنی محلت دے ازا بھین نال آخری ودہ کر لوں یار کتھو آوے آلیہ جائی وفادار بھین پتران دے سر چمکے آدھیا نہیں ہونا محمد میں نہیں چاہتی جتنی دیر تسا بھینہ نو ملو حسین دیاں دیاں محملیں تھکن ماں دیا کی من کے چپ کر کے محملے جو بیٹھے اس جملے دا سواب میرے والد سے عبدی رونو پہنچے کے لئے عظیم مدہ خان من مٹیاں تلے وائیں ستے میرا بابا پڑھ دوں دائی رون دے ہوئے ماں دی من کے محملے جو بہتا گائن وقت حالت کے لئے آئی بھیرا مڑ مڑ ویکھے نا بھینہ تور تور ویکھ الحمدللہ بابا الحمدللہ بابا الحمدللہ بابا سونے رو بیٹھے ہو میں مطمئن دیا دا کرا سونے رہ بیٹھے ہو اللہ مولا تری زندگی دراز فرماوے بس کی بلا ٹر پائے کربلا پہنچے اونتے محمد نال زمین مول لئی آدھ حسین دیتی آدھ آلیہ دیتی شبیر نے پوچھے آدھ تیری ہے دسنا تیرے اونتے ناک رقبہ کرواں ماں تیرے محمد ناک کرواں ماں میرا آلے پاسے وے کیا دی اونتے محمد تے میرے سجا تے اصغر تیرا اکبر تیرے ہی سانجا اکبر میرے ہی سانجا جگیر کروا اکبر دے آدھ ماں کو رقم لے کے ماں میں تنہیں پوچھا ماں اللہ وڈا پتر زینب دا اون آیا اون تے محمد دی تینوں کیڑی غربت سنا ماں اکبر دی جگیر آئی زینب دی جوڑی تسی آئی آگئی دا محرم دی رات بہن تے بھرا دی چھیکڑی رات تمہید ختم پہلی سطر مسیب دی پیا پڑنا چار منٹ دی میری بقایا مجلس جڑا بندہ سالم زندگی پاکاں دے مسائب وچ نہیں رو سکا انہاں نوں دعوت بھی دینا اے جملہ میں اپنی اماں بہناں دیاں دے حصے دا جڑی ہے نا آخری رات دا محرم دی رات اون تے محمد نوں سامنے بھائی بیٹھی اونو محمد ڈیوں بھرنے لٹ پے میں نہیں ہے میرا لال ڈیوں وا کڈ لو جڑی زہرا دے چمد کوڑی ویکھے میرا لال تسے جان دیو میں تیرے ماں میں دی ادی بھائی وال بن کے آئی ہاں میرا لال تے بھائی والی برابری تے ہوندی ہے میرا لال تہاڈے مامے نالوں دے جوان پوترن میرے تسا کم سن شہزادے ہو میرے لال اس رنگ نال جنگ کرا ہے جو میں مطمئن ہو کے قاسم دے ٹکڑے تے وین کر سکاں الحمدللہ بابا الحمدللہ بابا سونے رونے ہو بابا سونے رونے ہو اچھا اونو محمد جلدی کرو نا نوافل نماز ادا کرو میرے لال دعا منگو جو شاء اللہ خیر کل خیر ہوے وہ نقشہ ذہن وچ بہانا اے پترا نو مصلے تے بہا کے آلی حسین نکلی خیمے تو بہر جے جملے دا وعدہ کیتا جڑے ہن تک نہیں رو سکے اے اس پاسے اون تے محمد دے خیمے اس پاسے حسین دے پتراں دے خیمے آدھے چا کھلوتی ائی علی دی تھی بھائی جوادی صاحب بھائی مادی جی بھائی جان بسم اللہ
ਜਿਹੜਾ ਬੰਦਾ ਹੁਣ ਤੱਕ ਨਹੀਂ ਰੋ ਸਕਦਾ। ਨਿਆਜ਼ ਹੁਸੈਨ ਹੁਣ ਮੇਰੇ ਵਾਲੇ ਪਾਸੇ ਵੇਖੋ, ਇਸ ਖੈਮੇ 'ਚ ਕੌਣ ਬੈਠਾ? ਬੋਲੋ ਬੋਲੋ ਯਾਰ, ਜ਼ੈਨਬ ਦੀ ਜੋੜੀ। ਇਸ ਖੈਮੇ 'ਚ ਕੌਣ ਬੈਠਾ? ਹੁਸੈਨ ਦੇ ਪੁੱਤਰ। ਇਥਾਂ ਹੀ ਅਲੀ ਹੁਸੈਨ ਨੇ ਦੁਆ ਮੰਗੀ ਹੈ, ਐ ਖਾਲਿਕ ਅਕਬਰ ਮੈਂ ਮੁਸਤਰਦੀ, ਕਰ ਇਹ ਮਨਜ਼ੂਰ ਦੁਆ ਚਾ, ਰਾਤ ਦਹਵੀਂ ਦੇ ਧਮਦਿਆਂ ਤੋੜੀ, ਮੇਰੀ ਜਿੰਦੜੀ ਜਲਦ ਮੁਕਾ ਚਾ। ਬੀਬੀ ਆਦੀ ਹੈ ਜੇ ਇਹ ਮਨਜ਼ੂਰ ਹਜ਼ੂਰ ਕੋ ਨਹੀਂ, ਇਹ ਮਿੰਨਤ ਕਨੀਸ ਤੇ ਲਾ ਚਾ ਕਿਹੜੀ, ਖਾਤੂਨ ਦੀਵਾ ਜਲਦਾ ਰਹਿ ਮੇਰੇ ਦੋਹੇ ਚਰਾਗ ਬੁਝਾ ਚ। ਅਲਹਮਦੁਲਿਲਾ ਬਾਬਾ, ਅਲਹਮਦੁਲਿਲਾ ਬਾਬਾ, ਅਲਹਮਦੁਲਿਲਾ ਬਾਬਾ, ਖਾਤੂਨ ਦੇ ਦੀਵੇ ਜਲਦੇ ਰਹਿਣ ਮੇਰੇ ਦੋਹੇ ਚਰਾਗ ਬੁਝਾ ਚਾ। ਅਕਬਰ ਅਜ਼ਾਨ ਦਿੱਤੀ, ਸ਼ਬੀਰ ਜਮਾਤ ਕਰਾਈ, ਜੋੜੀ ਦਾ ਹੱਥ ਨੱਪ ਕੇ ਟੁਰ ਪਈ। ਹੁਸੈਨ ਮੇਰੀ ਹਸਰਤ, ਅੱਜ ਦੇ ਦਿਨ ਦੀ ਇਬਤਦਾ ਮੇਰੇ ਪੁੱਤਰਾਂ ਦੀ ਕੁਰਬਾਨੀ ਤੂੰ ਕਰ। ਬੁਲੈਂਦੀ ਭੈਣ ਦਾ ਮੱਥਾ ਚੁੰਮੀ ਆਈ ਅਕਬਰ ਦੇ ਬਾਬੇ। ਸੈਦ ਠੱਡਾ ਸਾਹਿਬ ਭਰ ਕੇ ਦੇ, ਆਪਣੇ ਪੁੱਤਰਾਂ ਤੋਂ ਪਹਿਲੇ ਤੇਰੀ ਨਸਲ ਮੁਕਾਵਾਂ। ਕਿਆਮਤ ਤੱਕ ਤਾਰੀਖ 'ਚ ਲਿਖੀ ਵੈਸੀ, ਪੁੱਤਰ ਬਚਾ ਕੇ ਭੈਣ ਦੀ ਨਸਲ ਮੁਕਾ ਛੋੜੀ ਹੈ। ਜਿੱਦਾਂ ਕਰਬਲਾ ਆਇਆ ਸੇ ਵੰਡ ਕੀਤੀ ਆਈ, ਆਉਣ ਤੇ ਮੁਹੰਮਦ ਮੇਰੇ, ਸਜਾ ਤੇ ਅਸਗਰ ਤੇਰਾ, ਅਕਬਰ ਤੇਰਾ ਹੀ ਸਾਂਝਾ ਮੇਰਾ ਹੀ ਸਾਂਝਾ, ਸਾਂਝੇ ਪੁੱਤਰ ਨੂੰ ਭਿਜੇਨੇ ਹੈ ਜਿਹੜਾ ਬੰਦਾ ਹੁਣ ਤੱਕ ਨਹੀਂ ਰੋ ਸਕਦਾ। ਅਕਬਰ ਜਿਹੜਾ ਸੋਹਣਾ ਹੈ, ਭੈਣ ਦੇ ਮੇਰਾ ਔਖਾ ਟੋਰਾ, ਜਿਹੜਾ ਔਖਾ ਟੋਰਿਆ ਉਮਤ ਸੁੱਖ ਲਹਾਇਆ। ਅਕਬਰ ਦੀ ਲਾਸ਼ ਖੈਮੇ ਆਈ, ਬੀਬੀਆਂ ਨੇ ਪੱਥਰਾਂ ਦਾ ਮਾਤਮ ਸ਼ੁਰੂ ਕੀਤਾ, ਅੱਲਾ ਜਾਣਦਾ ਇਹਨੇ ਤੁਰ ਪਿਆ ਉਹਨੂੰ ਮੁਹੰਮਦ। ਮਾਮਾ ਮਾਮਾ, ਜੇ ਸਰ 'ਤੇ ਜ਼ਹਰਾ ਦੀ ਚਾਦਰ ਹੈ, ਉਹ ਲਹਾ ਕੇ ਪੱਥਰਾਂ ਦਾ ਮਾਤਮ ਬੈਠੀ ਕਰੇਂਦੀ ਹੈ। ਮਾਮਾ ਮਿਹਰਬਾਨੀ ਕਰ, ਸਾਨੂੰ ਮੌਤ ਦੀ ਇਜਾਜ਼ਤ ਦੇ, ਲਾਲ ਤੁਹਾਨੂੰ ਕਿਵੇਂ ਟੋਰਾਂ, ਕਿਵੇਂ ਅੱਖੀਂ ਦੇ ਵੇਦਿਆਂ ਮੈਂ ਭੈਣ ਦੀ ਨਸਲ ਮੁਕਾ ਛੋੜਾਂ। ਉਹਨੂੰ ਮੁਹੰਮਦ ਦੀ ਆਵਾਜ਼ ਪਈ ਆਉਂਦੀ ਹੈ, ਮਾਮਾ ਤੈਨੂੰ ਸਾਡੀ ਨਾਨੀ ਅਤੇ ਆਪਣੀ ਮਾਂ ਦੀਆਂ ਤਰੁੱਟੀਆਂ ਹੋਈਆਂ ਪਸਲੀਆਂ ਦਾ ਵਾਸਤਾ ਹੀ, ਸਾਨੂੰ ਮੌਤ ਦੀ ਇਜਾਜ਼ਤ ਦੇ। ਜਵਾਦੀ ਸਾਹਿਬ ਦਰਸ ਪੜ੍ਹੇ ਹੋਏ, ਨਾਲ ਮਦੀਨ ਨੇ ਮੇਰੀ ਗੱਲ ਦੀ ਤਸਦੀਕ ਕਰੇ ਸਨ। ਦਸਵੀਂ ਦੇ ਦਿਨ ਸੈਯਦਾ ਦਾ ਵਾਸਤਾ ਦੇ ਕੇ ਮੌਤ ਦੇ ਬੈਦਾਂ ਮੈਦਾਨ 'ਚ ਮੰਜਣ ਵਾਲੇ, ਦਾਵੀਂ ਦੇ ਦਿਨ ਫਕਤ ਉਹਨੂੰ ਮੁਹੰਮਦ ਆਨੇ ਦਿੱਤਾ ਨੇ ਸੈਯਦਾ ਦਾ ਵਾਸਤਾ। ਹੁਸੈਨ ਦੀ ਅੱਖੀ ਨਹੀਂ ਕੁਛ ਸਾਵਣ ਦੇ ਬਦਲੇ ਨਹੀਂ ਆ ਲਈ। ਹੁਸੈਨ ਦੇ ਰੋਣ ਵਾਲੇ ਆਉਂ ਸੈਯਦ ਦੀ ਆਵਾਜ਼ ਆਉਂਦੀ, ਜ਼ੈਨਾ ਆਪ ਜਲਦੀ ਆ, ਤੇਰੀ ਨਸਲ ਪਈ ਮੁਕਦੀ। ਗਾਜ਼ੀ ਜੀ ਮੌਲਾ ਜਲਦੀ ਕਰ, ਦੋ ਘੋੜੇ ਲੈ ਆ, ਮੈਂ ਆਉਣ ਤੇ ਮੁਹੰਮਦ ਨੂੰ ਮੈਦਾਨ ਵੀ ਆ ਭਿਜੇ। ਅੱਲਾ ਜਾਣਦਾ ਹੀ ਨੇ ਆਵਾਜ਼, ਦੋ ਘੋੜੇ ਲੈ ਕੇ ਆਏ, ਇਹੋ ਕੁਝ ਉਮਰ ਆਇਆ, ਸੈਯਦ ਚ ਆਇਆ, ਘੋੜੇ ਦੀ ਜ਼ੀਨ 'ਚ ਬਹਾਇਆ। ਆਲੀਆ ਦੀ ਆਵਾਜ਼ ਪਈ ਆਉਂਦੀ ਹੈ, ਸੁਣੋ ਨੂੰ ਮੁਹੰਮਦ, ਅੱਖ ਕੱਢ ਲਾਓ ਜਿਹੜੀ ਜ਼ਹਰਾ ਦੇ ਚੰਦ ਕੌੜੀ ਵੇ। ਸੁਣੋ ਮੈਂ ਲਾਲ ਮੈਦਾਨ 'ਚ ਵਹਿੰਦੇ ਪਏ ਹੋ, ਇੱਕ ਜਾਫਰ ਤਿਆਰ ਬਣ ਕੇ ਲੜੇ, ਵਿਆਹ ਹੈਦਰ ਕਰਾਰ ਬਣ ਕੇ ਲੜੇ। ਸੁਣੋ ਮੈਂ ਲਾਲ ਮੈਦਾਨ 'ਚ ਵਹਿੰਦੇ ਪਏ ਹੋ, ਅਕਬਰ ਦੀ ਮੌਤ ਦਾ ਬਦਲਾ ਜ਼ਰੂਰ ਲਵਣਾ ਹੀ ਨੇ। ਅਕਬਰ ਦਾ ਕਾਤਿਲ ਕੋਈ ਏਡਾ ਵੱਡਾ ਜ਼ਾਲਿਮ ਆਈ ਜੇ ਇੱਕ ਵਕਤ ਜਦੋਂ ਮਾਵਾਂ ਦੇ ਬਖਤ ਉਜਾੜ ਛੋੜ। ਅਲਹਮਦੁਲਿਲਾ ਬਾਬਾ, ਅਲਹਮਦੁਲਿਲਾ ਬਾਬਾ, ਅੱਲਾ ਜਾਣਦਾ ਹੀ ਨੇ ਆਉਣ ਦੇ ਮੁਹੰਮਦ ਦੀ ਅੱਖੀ ਨਹੀਂ ਕੋਈ ਸਾਵਣ ਦੇ ਬਦਲ। ਆਲੀਆ ਦੀ ਆਵਾਜ਼ ਪਈ ਆਉਂਦੀ ਹੈ, ਉਹਨੂੰ ਮੁਹੰਮਦ ਮੌਤ ਦੇ ਡਰ ਤੂੰ ਪਰ ਰੋਂਦੇ ਹੋ। ਆਦੇ ਨਹੀਂ ਅੰਮਾ, ਮੌਤ ਦਾ ਡਰ ਨਹੀਂ ਪਿਆ ਰੋਂਦਾ, ਵੱਧ ਕਿਉਂ ਪਰ ਰੋਂਦੇ ਹੋ, ਜਿਹੜਾ ਬੰਦਾ ਹੁਣ ਤੱਕ ਨਹੀਂ ਰੋ ਸਕਿਆ। ਸ਼ਹਿਜ਼ਾਦਿਆਂ ਦੀ ਆਵਾਜ਼ ਪਈ ਆਉਂਦੀ, ਅੰਮਾ ਥੋੜ੍ਹੀ ਦੇਰ ਪਹਿਲੇ ਅਕਬਰ ਮੈਦਾਨ 'ਚ ਗਿਆ, ਕਹਿ ਵੇਲੇ ਸਕੀਨਾ ਭੈਣ ਵੀ ਤੇ ਘਰੇ ਦੀ ਆਈ, ਕਹਿ ਵੇਲੇ ਕੁਬਰਾ ਭੈਣ ਵੀ ਤੇ ਘਰੇ ਦੀ ਆਈ, ਉਹ ਅਰਮਾਨ ਅੱਜ ਸਾਡੀਆਂ ਭੈਣਾਂ ਹੀ ਹੋਵੇ ਲਾ, ਸਾਡੇ ਨਾਲ ਇੰਨੇ ਵੀ ਤੇ ਘਰੇ ਨਾ, ਜਿਵੇਂ ਕੁਬਰਾ ਤੇ ਸਕੀਨਾ ਅਕਬਰ ਨਾਲ ਵੀ ਤੇ ਘਰੇ ਦੀ ਆ ਰਹੀ ਹੈ। ਰੋਵਣਾ ਹੀ ਤਾਂ ਮੈਂ ਡੋਡੇ ਕੇ, ਮੁਸਲਿਮ ਦੀਆਂ ਦੋ ਦੀਆਂ ਬਜ ਪਈਆਂ ਨਹੀਂ, ਹਕਲ ਮਾਰ ਕੇ ਆਦੀਆਂ ਨੂੰ ਸੁਣੋ ਨੋ ਮੁਹੰਮਦ, ਤੁਹਾਡੀਆਂ ਭੈਣਾਂ ਕੋਈ ਨਹੀਂ, ਸਾਡੇ ਹਿੱਸੇ ਦੇ ਫਿਰਾ ਕੋਈ ਨਹੀਂ, ਲਾਜ਼ੇ ਵਾਸਤੇ ਅਸਾਂ ਭੈਣਾਂ ਬਣਵਾਏ ਨਹੀਂ ਹੈ, ਤੁਸਾਂ ਫਿਰਾ ਬਣ ਮੰਨਿਓ, ਅਸਾਂ ਆਪ ਤੁਰੇ ਨਹੀਂ। ਅਲਹਮਦੁਲਿਲਾ ਬਾਬਾ, ਅਲਹਮਦੁਲਿਲਾ ਬਾਬਾ, ਸੋਹਣੀ ਮੁਕਾਣ ਪੈ ਦਿੰਦੇ ਹੋ। ਮੈਂ ਮੁਤਮੈਨ ਜੀ ਅਦਾ ਕੇ ਰਾਵਾਂ ਦੀ ਅੱਖੀ ਨਾਲ ਦੁਆ ਮੰਗੋ, ਅੱਲਾ ਮੇਰੇ ਉਸਤਾਦ ਦੇ ਚਰਾਗ ਸਲਾਮਤ ਰਹੇ, ਇਨਸ਼ਾਅੱਲਾ ਇਹਨਾਂ ਦੇ ਵੇੜੇ ਵਸਤੇ ਰਾਵੇ, ਇਨਸ਼ਾਅੱਲਾ ਧੀਆਂ ਦਾ ਨੇਕ ਨਸੀਬ ਹੋਵੇ, ਅੱਲਾ ਮੇਰੇ ਫਿਰਾਵਾਂ ਨੂੰ ਬਾਖਰੀਅਤ ਵਤਨ ਤੇ ਪਹੁੰਚਾਵੇ। ਮੇਰੇ ਦੋ ਫਿਰਾ ਕਰਬਲਾ ਮੌਜੂਦ ਹਨ, ਜਿਹੜਾ ਬੰਦਾ ਹੁਣ ਤੱਕ ਨਹੀਂ ਰੋ ਸਕਿਆ ਸ਼ਹਿਜ਼ਾਦੇ ਮੈਦਾਨੇ ਜਾਏ,
जवादी साहब जदा कोई जवान बुजुर्ग बच्चा मैदान जावे मेरा भाई सब तो पहले अपना तारुफ करावे जो असा गौड़ आन ते मुहम्मद ने इो जिया तारुफ कराया नौ लख लई ना दिया तू तलवार अठे पैर शहजादिया की आवाज पे सानू पहचानो जा फिर तैयार दे पोतरे हैदर करार दे दोतरे अब्बास ते शगिर्द ज़ैनब दी जोड़ी अल्हम्दुलिल्लाह बाबा अल्हम्दुलिल्लाह बाबा अल्लाह जानदा ही ने मुहम्मदी आवाज पी ओन बिरा तू जा फिर तैयार बन के हमला कर मैं हैदर करार बन के हमला करे ना एडी सोनी जंग की ज़ैनब दी जोड़ी काइला इन्हां नूं वासिल जहन्नम कीता ने फौजां ज़ैनब दी जोड़ी दे सामने नसर पईआं नी मैदान खाली होए ओन दी आवाज पी इयो वक्त सामने पिछरे साल दा खैमे पिछरे साल दा सर कलम करेंदे आए अकबर दी मौत दा बदला लैंदे आए दुआ फिरावा ने घोड़े उड़ाई फिराए नी जिड़े पिछरे साल खैमा तरीका पढ़ के वेखो जनाबे आउने नेजा मारी जिड़ा पिछरे साल दे खैमे च लग गई डर दी हालत च बाहर निकला अपने सिपाहियों को पुछदा है हमला करन आला हुसैन या अब्बास ए वेख क्या दे न हुसैन न गाजी कम से न ज़ैनब दी जोड़ी अल्लाह जानता ही ने डर दी हालत घोड़े ते चढ़ी आई घोड़ा फजावना शुरू की आन दी आवाज पईआं दी मुहम्मद मैदान सवाल मैं पीछा करे ना जेड़े करबला दे ज़ाहिर बैठे हो मेरी गल दी गवाही दिवाए जनाबे आन दी कबर जगीरे अली अकबर तू बह रही ने गल ना जिथे आ शहजादे दी कबर है इस मकाम ताई पिछले साल दा पीछा कीता दिल दुखे सैया समझ के माफ कर छुड़ा रिवायत ओखीए जदा इस मकाम ते पहुंचे जिथे शहजादे कबर एक लई ने त्राए फला तीर मारे सैयद ने इरादा कीता हाथ नाल बचाओ घर एडा वजनी तीर आया जयान ते हाथ ते पेशानी नुसी छोड़े आधे मोहम्मद बिरा मैदान संभाल मेडी मुक गई है अल्हम्दुलिल्लाह बाबा सोनी जंग वदा करेंदा या ज़ैनब दा छोटा पुत्र मुहम्मद इन्ना लई ना बरची उठा ही मारी ऐ जिते हुसैन ते अकबर रो लगी फर्क इतना है अकबर जवान आई बरची त्रुट गई है मुहम्मद इयो को जुमारा या इन चाया ने जिवे सुई ते फुल चवी शबीर दी आवाज पई आंदी ज़ैनब भैण तेरी नस्ल मुक गई मैदान च वैना तेरे पुत्रां दे लाश जान रो रो के पैया दिए ना लाश जाए ना मैदान जाए आपे सम पोसे न डूए फिरा